अरे क्या हुआ सारा, ये गाड़ी क्यों खड़ी है, क्या वारदात क्या हुई? जाम में चल रहे थे हम हल्के हल्के, पीछे से आया टिप्पर वाला बहुत तेज, जिसके पता नहीं ब्रेक नहीं लगे, सीधा मारे इसने, तो मेरी गाड़ी आगे जाके लगी। किसी के नुकसान हुआ है? नुकसान तो बहुत है गाड़ी का सर। जान कुछ चोट वगैरह लगी है? चोट लगी है, एक लड़के की लगी है चोट, सिर में लगी है। किसमें था वो? जीप में मेरे साथ ही था। वो कहाँ है? वो गाड़ी में लेटा है, उसको पट्टी पुट्टी करा के लगे उसके। करण कुमार क्या होया सारा, कितना होया था सर? कोई नहीं, रिपीट वेकरां दे करके उन्हीं हौली हौली गड्डी कढ़ी में, ब्रेक लाई लगी नहीं हैगी, हुण लगदी है। ਬ੍ਰੇਕ ਨਹੀਂ ਲੱਗੀ? ਬ੍ਰੇਕ ਲੱਗੀ ਹੈਗੀ ਪਰ ਇੰਨੀ ਨਹੀਂ ਲੱਗੀ ਹੈਗੀ ਬ੍ਰੇਕ ਗੱਡੀ। ਫਿਰ ਕਿਆ ਗੱਡੀ ਅੱਗੇ ਕਿਹੜੀ ਸੀ? ਗੱਡੀ ਆਈ ਦੀ ਗੱਡੀ, ਉਹਨਾਂ ਅੱਗੇ ਹੋਣੀਆਂ ਕੋਈ ਗੱਡੀਆਂ। ਕਿੱਥੋਂ ਚੱਲਿਆ ਸੀ, ਕੀ ਮਾਲ ਲੱਦਾ? ਖਾਲੀ ਹੈ? ਖਾਲੀ ਹੈ ਜੀ। ਚੱਲਿਆ ਕਿੱਥੇ ਜੀ? ਆਨੰਦਪੁਰ ਤੋਂ ਆਇਆ ਖਾਲੀ ਕਰਕੇ। ਪਰਮਿੰਦਰ ਸਿੰਘ ਆ ਜੀ। ਪਰਮਿੰਦਰ ਸਿੰਘ ਜੀ, ਕੀ ਹੋ ਗਿਆ ਇੱਥੇ, ਕੀ ਗੱਲਬਾਤ ਹੋਈ ਸਾਰੀ, ਜਾਂ ਡਿਟੇਲ ਦੱਸੋ ਕਿੱਥੋਂ? ਮੈਂ ਕੁਛ ਨਹੀਂ ਦੱਸ ਸਕਦਾ, ਮੈਂ ਮੌਕੇ ਦਾ ਹੁਣੇ ਪੁੱਜਿਆ। ਤੇ ਤੁਸੀਂ ਟਿੱਪਰ ਚਲਾ ਰਿਹਾ ਤਾਂ? ਟਿੱਪਰ ਤੁਹਾਡਾ ਹੈ? ਹਾਂਜੀ ਹਾਂਜੀ। ਫਿਰ ਤੁਸੀਂ ਡਰਾਈਵਰ ਨੂੰ ਪੁੱਛਿਆ ਹੋਣਾ ਕੁਝ ਜੀ? ਬਸ ਹੁਣੇ ਹਜੇ ਪਹੁੰਚਿਆ ਜਨਾਬ ਮੌਕੇ ਦੇ, ਹੁਣ ਪੁੱਛਦੇ ਆ ਡਰਾਈਵਰ। ਡਰਾਈਵਰ ਕਿੱਥੇ ਹੈ? ਡਰਾਈਵਰ ਇੱਥੇ ਹੀ ਆ ਜੀ। ਕਿੱਦਾਂ ਲੱਗੀ ਚੋਟ? ਸਰ ਗੱਡੀ 'ਚ ਬੈਠਾ ਹੋਇਆ ਮੈਂ, ਨਾਲ ਅਸੀਂ ਰੋਕ ਕੇ ਵੀ ਜਿੱਦਾਂ ਬ੍ਰੇਕਰ ਨਾਲ ਅੱਗੇ ਬਸਤੀ, ਪਿੱਛੇ ਡਿੱਪਰ ਆਣੇ ਤਾੜੀਆਂ ਮਾਰੀ ਪਿੱਛੇ ਦੇ ਆ ਕੇ, ਫਿਰ ਤੁਹਾਨੂੰ ਪਤਾ ਗੱਡੀ ਸਾਰੀ ਇਕੱਠੀ ਹੋਈ, ਪਿੱਛੇ ਵੱਜੇ ਸਿਰ ਜਾ ਕੇ ਸਾਰਾ। ਕਾਫੀ ਸੱਟ ਹੈ? ਕਾਫੀ ਜੀ। ਭਾਈ ਜੋਗਿੰਦਰ ਕੁਮਾਰ ਦਾ, ਕਹਾਂ ਸੇ ਕਹਾਂ ਜਾ ਰਹੇ ਥੇ, ਯਹਾਂ ਕਿਉਂ ਖੜੀ ਹੈ, ਕਿਆ ਹੁਆ? ਸਰ ਹਮ ਕਾਲਕਾ ਸੇ ਉਨਾ ਜਾ ਰਹੇ ਥੇ, ਗਾੜੀ ਲੈਨ ਮੈਂ ਚਲੀ ਹੋਈ ਥੀ, ਮੈਂ ਜਾ ਕੇ ਗਾੜੀਆਂ ਚੱਲ ਰਹੀ ਥੀ, ਕਾਰੇ ਦੀ ਚਾਰ ਪੰਜ ਹਮ ਲੈਨ ਮੈਂ ਚੱਲ ਰਹੇ ਥੇ, ਮੇਰੇ ਪਿੱਛੇ ਜੇ ਗਾੜੀ ਥੀ, ਉਸਕੇ ਪਿੱਛੇ ਜੇ ਵਾਲੀ ਗਾੜੀ ਆਈ, ਇਸ ਗਾੜੀ ਕੀ ਬ੍ਰੇਕ ਹੀ ਨਹੀਂ ਲੱਗੀ, ਉਸਨੇ ਇਸਕੋ ਹਿੱਟ ਕਰ ਦਿਆ, ਇਸਨੇ ਮੁਝੇ ਹਿੱਟ ਕਰ ਦਿਆ। ਅਬ ਕਿਆ? ਹਾਂਜੀ ਅਬ ਕਿਆ ਹੈ? ਅਬ ਸਰ ਇਹਨੇ ਜੇ ਦੇਖੇਂਗੇ ਆਪਸ ਮੇਂ ਕਿਆ ਕਰਨਾ ਹੈ, ਇਹਨਾਂ ਨੇ ਮੇਰੀ ਗਾੜੀ ਕਾ ਤਾਂ ਚਲੋ ਸੇਫ ਹੈ, ਵੈਸੇ ਕੋਈ ਜ਼ਿਆਦਾ ਨੁਕਸਾਨ ਨਹੀਂ ਹੈ, ਬਾਕੀ ਇਸ ਗਾੜੀ ਕਾ ਨੁਕਸਾਨ ਹੈਗਾ, ਇਹ ਦੇਖੇਂਗੇ ਆਪਸ ਮੇਂ ਇਹਨਾਂ ਨੇ ਕਿਆ ਕਰਨਾ ਕਿਆ ਨਹੀਂ ਹੈ। ਰਾਹੁਲ ਜੀ ਕੀ ਹੈ, ਤੁਸੀਂ ਇੱਥੇ ਪਹੁੰਚੇ ਹੋ, ਕੀ ਹੋਇਆ ਸਰ? ਸਰ ਪਹੁੰਚੀ ਹੈ ਮੌਕੇ ਤਾਂ, ਅਸੀਂ ਪਹੁੰਚੋ ਜੀ, ਇੱਥੇ ਟਰੱਕਰ ਹੋਈ ਹੈ ਜੀ, ਅਤੇ ਹੁਣ ਦੇਖਦੇ ਨੇ ਤਾਂ ਕਿਆ ਇਲਾਜ ਬਣਦਾ ਜੀ, ਜੇ ਇਹ ਨਹੀਂ ਮੰਨਦੇ ਫਿਰ ਇਹਨਾਂ ਥਾਣੇ ਲੈ ਕੇ ਜਾਵਾਂਗੇ ਜੀ। ਅਤੇ ਜਿਹਦੇ ਸੱਟ ਲੱਗੀ ਹੈ? ਸੱਟ ਲੱਗੀ ਉਹਨੂੰ ਲੈ ਗਏ ਹੋਸਪਿਟਲ ਜੀ, ਉਹ ਠੀਕ ਹੈ ਜੀ, ਇੰਨੀ ਕੋਈ ਗੰਭੀਰ ਚੋਟ ਨਹੀਂ ਲੱਗੀ ਹੈ, ਬਾਕੀ ਨਾ ਦੇਖਦੇ ਹੁਣ ਕੀ ਹਾਲ ਬਣਦਾ ਜੀ ਉਹਨਾਂ ਦੇ। ਤੁਹਾਨੂੰ ਕਾਲ ਕਿੱਥੇ ਆਈ ਸੀ? ਕਾਲ 112 ਦੇ ਕੋਲ ਆਈ ਸਾਨੂੰ ਜੀ। ਕਿੰਨੇ ਮਿੰਟ 'ਚ ਪੁੱਜ ਗਏ ਤੁਸੀਂ? ਅਸੀਂ 5 ਮਿੰਟ 'ਚ ਆ ਗਏ ਜੀ। ਸਰ ਇੱਥੇ ਤੁਸੀਂ ਪਹੁੰਚੇ ਹੋ, ਮੌਕੇ 'ਤੇ ਕੀ ਹੈ ਸਾਰਾ? ਸਰ ਇਹ ਗੱਡੀਆਂ ਸਪੀਡ ਨਾਲ ਆ ਰਹੀਆਂ ਸੀ, ਸੜਕ ਐਕਸੀਡੈਂਟ ਹੋ ਗਿਆ, ਹੁਣ ਅਸੀਂ ਇੱਥੇ ਇੱਕ ਬੋਰਡ ਬਣਵਾ ਕੇ ਲਵਾਵਾਂਗੇ ਵੀ ਸਪੀਡ ਥੋੜ੍ਹੀ ਘੱਟ ਰੱਖੋ, 20 ਕੁ ਸਪੀਡ ਰੱਖਾਂਗੇ ਉਹਦੀ, 20 ਕੁ, ਜਿਹਦੇ ਨਾਲ ਐਕਸੀਡੈਂਟ ਘੱਟ ਹੋਵਾਂਗੇ। ਅਤੇ ਸਰ ਜਿਹੜਾ ਟਿੱਪਰ ਹੈ ਉਹ ਜਿਹੜਾ ਵਿੱਚ ਵੱਜਿਆ ਸਰ, ਉਹਦੇ ਨਾ ਅੱਗੇ ਨੰਬਰ ਹੈ ਨਾ ਪਿੱਛੇ ਨੰਬਰ ਹੈ, ਕੁਛ ਵੀ ਨਹੀਂ, ਜੇ ਹਾਦਸਾ ਵਾ ਕੇ ਨੜ ਜਾਂਦਾ ਫਿਰ? ਨਹੀਂ ਕੋਈ ਨਹੀਂ, ਹੁਣ ਚੈੱਕ ਕਰਦੇ ਹਾਂ ਕਾਰਵਾਈ ਹੋਵੇਗੀ ਜੀ। ਹਾਂਜੀ ਹਾਂ, ਚੈੱਕ ਕਰਦੇ ਹਾਂ, ਦੇਖਦੇ ਹਾਂ ਕੀ ਹਿਸਾਬ ਕਿਤਾਬ ਹੈ, ਕਾਗਜ਼ ਪੱਤਰ ਚੈੱਕ।